ਸਾਡੀ ਵੱਡੀ ਭੈਣ ਸਾਡੀ ਮਾਤਾ ਬਹੁਤ ਨਿਰਾਸ਼ਾ ਦੀ ਮਾਹੌਲ ਚ ਆਈ ਸੀ ਹਨਾ, ਕਿਉਂ ਕਿਉਂਕਿ ਘਰ ਬਾਰ ਵੀ ਵਿਕ ਜਾਂਦਾ ਹੈ, ਇਲਾਜ ਇਸ ਤਰ੍ਹਾਂ ਦਾ, ਸੱਟ ਇਸ ਤਰ੍ਹਾਂ ਦੀ ਹੈ। ਮਹੀਨੇ ਪਹਿਲਾਂ ਕਹਿ ਰਹੇ ਸੀ ਮੈਂ ਮਰ ਚੱਲੀ, ਮੈਂ ਤਾਂ ਖਤਮ ਹੋ ਗਈ, ਮੈਂ ਆਪਣੇ ਆਪ ਨੂੰ ਬਸ ਤੁਸੀਂ ਹਾਸੇ ਬਹੁਤ ਰਹੇ ਹੋ, ਡਿਪਰੈਸ਼ਨ ਹੋ ਗਈ ਕਿ ਮੈਂ ਪਤਾ ਨਹੀਂ ਜ਼ਿੰਦਗੀ 'ਚ ਮੈਂ ਉੱਠ ਪਾਵਾਂਗੀ ਕਿ ਨਹੀਂ। ਮੈਂ ਤੁਹਾਨੂੰ ਫੋਨ ਤੇ ਵੇਖ ਕੇ ਸੀ ਮੈਂ ਪੂਰਾ ਆਪਣਾ ਟਾਈਮ ਦੇਵਾਂਗੀ ਜੀ, ਮੈਂ ਖੜਾ ਹੋਣਾ ਚਾਹੁੰਦੀ ਹਾਂ, ਆਪਣੇ ਬੱਚਿਆਂ ਵਾਸਤੇ ਜੀਣਾ ਚਾਹੁੰਦੀ ਹਾਂ ਜੀ ਜੀ, ਮੈਂ ਠੀਕ ਹੋ ਕੇ ਜਾਵਾਂਗੀ। ਹਾਂ ਹਾਂ ਬਿਲਕੁਲ ਹੋਵਾਂਗੀ, ਬਿਲਕੁਲ ਹੋਵਾਂਗੀ। ਤੁਹਾਡੇ ਤੋਂ ਗੁਜ਼ਾਰਿਸ਼ ਕਿਆ ਹੁੰਦੀ ਹੈ, ਜ਼ਰੂਰ ਇੱਥੇ ਵੀਡੀਓ ਜ਼ਰੂਰ ਅੱਗੇ ਸ਼ੇਅਰ ਕਰਿਆ ਕਰੋ, ਇਹਨਾਂ ਕੋਲ ਵੀ ਇੱਦਾਂ ਹੀ ਵੀਡੀਓਜ਼ ਪਹੁੰਚਦੇ ਨੇ, ਦੇਖਦੇ ਨੇ ਤਾਂ ਲੋਕ ਸਾਨੂੰ ਫੋਨ ਕਰ ਪਾਉਂਦੇ ਨੇ। ਮੈਨੂੰ ਤਾਂ ਮੇਰੇ ਦਿਨ ਸੀ ਮੈਂ ਠੀਕ ਹੋਵਾਂਗੀ। ਮੈਂ ਛੱਡਦੇ ਸੀ ਛੱਡ ਮੈਂ ਬੜੀ ਫਿਰੀ ਆ ਬਹੁਤ, ਨਹੀਂ ਜੰਮੂ ਤੋਂ ਜਦ ਪੀਜੇ ਆਏ ਸੀਗੇ ਤਾਂ ਵੀ ਛੱਡਦੇ ਸੀ, ਛੱਡ ਦਿੱਤੀ ਸੀ ਇੱਥੇ, ਸਾਨੂੰ ਕੋਈ ਹੌਸਲਾ ਹੀ ਨਹੀਂ ਮਿਲਿਆ। ਅੱਛਾ, ਪੈਸੇ ਬਰਬਾਦ ਹੋਏ, ਘਰ ਬਾਰ ਵਿਕ ਰਿਹਾ ਹੈ, ਉਹ ਸੜਕਾਂ ਤੇ ਆ ਰਹੇ ਨੇ, ਇਹ ਪੈਸੇ ਬਚਾਏ ਜਾ ਸਕਦੇ, ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ, ਬਰਬਾਦ ਹੋਣ ਤੋਂ ਲੋਕਾਂ ਨੂੰ ਬਚਾਇਆ ਜਾ ਸਕਦਾ। ਜਿਸ ਦਿਨ ਮੈਂ ਪਹਿਲੇ ਦਿਨ ਇੱਥੇ ਆਈ ਸਾਂ ਮੈਂ ਬਹੁਤ ਰੋ ਰਹੀ ਸਾਂ ਬਾਹਰ, ਮੈਂ ਅੰਦਰ ਜਾਣਾ ਹੀ ਨਹੀਂ, ਮੈਂ ਉਲਟੀ ਨਹੀਂ ਲੇਟੀ, ਪੁੱਛੋ ਨਾ ਇਹਨਾਂ ਕੋਲ, ਮੈਂ ਬੜੀ ਮੁਸ਼ਕਿਲ ਨਾਲ ਅੰਦਰ ਆਈ ਸਾਂ, ਮੈਂ ਉਲਟਾ ਨਹੀਂ ਲੇਟੀ ਸਕਦੀ। ਅੱਛਾ, ਮੈਂ ਕਹਿੰਦਾ ਮੈਂ ਨਹੀਂ ਜਾਣਾ, ਮੈਂ ਜਾਣਾ ਹੀ ਨਹੀਂ ਅੰਦਰ, ਮੈਂ ਕਿਹਾ ਬੜੀ ਇਨਸਾਨ ਆ ਮੇਰੇ ਚ ਵੀ ਸਾਰੇ ਵਿਕਾਰ ਹੋਏ, ਮੇਰੇ ਵੀ ਇਨਸਾਨ ਤਾਂ ਸਾਰੇ ਹੀ ਹੁੰਦੇ, ਪਰ ਰੱਬ ਬੰਦੇ ਵਾਸਤੇ ਵੀ ਬੜਾ ਵੱਡਾ, ਦੁਨੀਆਂ ਦੀਆਂ ਦੁਆਵਾਂ ਚਾਹੀਦੀਆਂ। ਬਿਲਕੁਲ ਛੋਟੇ ਛੋਟੇ ਜੇ ਰਹਿ ਗਏ, ਉਹ ਪਿੱਛੇ ਵਾਲੇ ਸੀ, ਇੱਕ ਰਹਿ ਗਿਆ ਸਾਈਡ ਵਾਲਾ ਥੋੜਾ ਜਿਹਾ ਬਸ, ਹਾਂਜੀ ਉਹ ਬਸ ਛੋਟਾ ਜਿਹਾ ਰਹਿ ਗਿਆ, ਇੱਕ ਜਿਹੜਾ ਸਾਈਡ ਵਾਲਾ ਛੋਟਾ ਜਿਹਾ ਰਹਿ, ਉਹ 10 ਦਿਨ ਬਾਅਦ ਉਹ ਵੀ ਪੱਟੀ ਬੰਦ ਹੋ ਗਈ। ਤੁਸੀਂ ਤਾਂ ਮਹੀਨੇ ਪਹਿਲਾਂ ਕਹਿ ਰਹੇ ਸੀ ਮੈਂ ਮਰ ਚੱਲੀ, ਮੈਂ ਤਾਂ ਖਤਮ ਹੋ ਗਈ, ਮੈਂ ਆਪਣੇ ਆਪ ਨੂੰ ਬਸ, ਤੁਸੀਂ ਹਾਸੇ ਬਹੁਤ ਰਹੇ ਹੋ, ਡਿਪਰੈਸ਼ਨ ਹੋ ਗਈ ਕਿ ਮੈਂ ਪਤਾ ਨਹੀਂ ਜ਼ਿੰਦਗੀ 'ਚ ਮੈਂ ਉੱਠ ਪਾਵਾਂਗੀ ਕਿ ਨਹੀਂ। ਇਹ ਸਾਡੀ ਵੱਡੀ ਭੈਣ ਸਾਡੀ ਮਾਤਾ ਬਹੁਤ ਨਿਰਾਸ਼ਾ ਦੀ ਮਾਹੌਲ 'ਚ ਆਈ ਸੀਗੀ, ਹਾਂਜੀ ਹਾਂਜੀ ਹੈ ਨਾ, ਕਿਉਂ ਕਿਉਂਕਿ ਘਰ ਬਾਰ ਵੀ ਵਿਕ ਜਾਂਦਾ ਹੈ, ਇਲਾਜ ਇਸ ਤਰ੍ਹਾਂ ਦਾ, ਸੱਟ ਇਸ ਤਰ੍ਹਾਂ ਦੀ ਹੈ, ਜਾਣਕਾਰੀ ਨਹੀਂ ਹੁੰਦੀ ਨਾ। ਸੋ ਇਹਨਾਂ ਦਾ ਬਹੁਤ ਸ਼ੁਕਰੀਆ, ਸਾਨੂੰ ਸੇਵਾ ਦਾ ਮੌਕਾ ਬਖਸ਼ਿਆ, ਔਰ ਇਹਨਾਂ ਦੀ ਸਮਾਈਲ ਦੇਖ ਕੇ, ਇਹਨਾਂ ਨੂੰ ਖੁਸ਼ ਦੇਖ ਕੇ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ, ਹੈ ਨਾ, ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ। ਬਹੁਤ ਭਿਆਨਕ ਵੱਡੇ ਵੱਡੇ ਜ਼ਖਮਾਂ 'ਚ ਆਏ ਸੀ, ਔਰ ਖੁਦ ਕਹਿ ਰਹੇ ਨੇ ਛੋਟੇ ਜਿਹੇ ਰਹਿ ਗਏ, ਹਾਂਜੀ ਛੋਟੇ ਜਿਹੇ ਰਹਿ ਗਏ, ਹਾਂਜੀ ਹੁਣ ਥੋੜਾ ਸਬਰ ਰੱਖਣਾ ਪੈਂਦਾ, ਹਾਂਜੀ ਸਬਰ ਰੱਖਣਾ ਪੈਂਦਾ। ਮੈਂ ਪੂਰਾ, ਮੈਂ ਤੁਹਾਨੂੰ ਫੋਨ ਤੇ ਵੇਖ ਕੇ ਸੀ ਮੈਂ ਪੂਰਾ ਆਪਣਾ ਟਾਈਮ ਦੇਵਾਂਗੀ ਜੀ, ਮੈਂ ਖੜਾ ਹੋਣਾ ਚਾਹੁੰਦੀ ਹਾਂ, ਆਪਣੇ ਬੱਚੇ ਵਾਸਤੇ ਜੀਣਾ ਚਾਹੁੰਦੀ ਹਾਂ ਜੀ ਜੀ, ਮੈਂ ਠੀਕ ਹੋ ਕੇ ਜਾਵਾਂਗੀ। ਹਾਂ ਹਾਂ ਬਿਲਕੁਲ ਹੋਵਾਂਗੇ ਜੀ, ਬਿਲਕੁਲ ਹੋਵਾਂਗੇ। ਆ ਮੇਰਾ ਬੇਟਾ ਆਇਆ ਹੋਇਆ ਮੇਰੀ ਸੇਵਾ ਕਰਨ ਵਾਸਤੇ ਜੀ, ਬਿਹਤਰੀਨ ਮੌਕਾ ਆਪਾਂ ਆਪਣੇ ਇਨਸਾਨੀ ਪੱਖ ਨੂੰ ਐਕਸਪਲੋਰ ਕਰਨ ਦਾ, ਹੈਨਾ, ਸਾਰੀ ਜ਼ਿੰਦਗੀ ਪੈਸੇ ਕਮਾਉਣੇ ਮੁੜ ਕੇ, ਤੁਸੀਂ ਇਹ ਬਿਹਤਰੀਨ ਮੌਕਾ ਦੁਆਵਾਂ ਕਮਾਉਣ ਦਾ, ਜੇ ਆਪਾਂ ਉੱਪਰ ਵਾਲੇ ਤੇ ਯਕੀਨ ਕਰਦੇ ਹਾਂ ਨਾ, ਸਾਨੂੰ ਦੁਆਵਾਂ ਤੇ ਜ਼ਰੂਰ ਯਕੀਨ ਕਰਨਾ ਚਾਹੀਦਾ, ਸਾਨੂੰ ਦੁਆਵਾਂ ਤੇ ਜ਼ਰੂਰ ਯਕੀਨ ਕਰਨਾ ਚਾਹੀਦਾ, ਹੈ ਨਾ। ਤੁਸੀਂ ਇਨਸਾਨੀ ਜੀਵਨ ਬਾਰੇ, ਆਪਣੇ ਸਰੀਰ ਬਾਰੇ, ਇਨਸਾਨੀ ਰਿਸ਼ਤਿਆਂ ਬਾਰੇ ਬਹੁਤ ਕੁਛ ਇੱਥੇ ਸਿੱਖਣ ਨੂੰ ਮਿਲੇਗਾ ਤੁਹਾਨੂੰ, ਇਹ ਮੌਕਾ ਜ਼ਿੰਦਗੀ 'ਚ ਦੁਬਾਰਾ ਨਹੀਂ ਮਿਲੇਗਾ ਤੁਹਾਨੂੰ, ਹੈ ਨਾ।
ਫਿਰ ਤੁਸੀਂ ਜਦ ਬਾਹਰ ਜਾਓਗੇ ਉਹੀ ਰੋਜ਼ਮਰਾ ਦੀ ਦੌੜ ਦੇ ਵਿੱਚ ਸ਼ਾਮਿਲ ਹੋ ਜਾਓਗੇ ਉੱਥੇ ਫਿਰ ਨਾ ਉਹੀ ਫਿਰ ਹਾਂ ਅਨੁਸ਼ਾਸਨ ਸਿੱਖਣਾ ਆਏਗਾ ਤੁਹਾਨੂੰ ਗਰੁੱਪ ਦੇ ਵਿੱਚ ਕਿਵੇਂ ਰਹਿਣਾ ਸਭ ਦੇ ਨਾਲ ਤਾਲਮੇਲ ਕਿਵੇਂ ਬਿਠਾਉਣਾ ਹੈਨਾ ਭੈਣਾਂ ਨਾਲ ਕੋਈ ਸ਼ਿਕਾਇਤ ਡਾਂਟ ਵੀ ਦਿੰਦੇ ਹੈ ਹੈਨਾ ਮੇਰੀ ਦੀਦੀਆਂ ਬਹੁਤ ਅੱਛੀਆਂ ਨੇ ਮੇਰੇ ਬੱਚੇ ਮੋਟੇ ਬਹੁਤ ਅੱਛੇ ਹੋ ਗਏ ਬਸ ਸਖਤ ਵੀ ਬਹੁਤ ਹੈ ਬਹੁਤ ਸਖਤ ਕੋਈ ਮਿਸਟੇਕ ਗਲਤੀ ਕਰੇਗਾ ਤਾਂ ਡਾਂਟਣਗੇ ਵੀਰ ਜੀ ਤਾਂ ਬਸ ਵੀਰ ਜੀ ਬਹੁਤ ਬਹੁਤ ਸ਼ੁਕਰ ਭੈਣ ਜੀ ਬਹੁਤ ਸ਼ੁਕਰ ਸੰਗਤ ਨੇ ਪਿਆਰ ਨੇ ਉੱਪਰ ਵਾਲੇ ਨੇ ਸਭ ਠੀਕ ਕਰ ਦੇਣਾ ਚਿੰਤਾ ਨਾ ਕਰੋ ਹਨਾ ਇੱਥੇ ਪਹੁੰਚੇ ਇਸ ਤੋਂ ਅੱਗੇ ਵੀ ਪਹੁੰਚਾਂਗੇ ਆਪਾਂ ਹਨਾ ਰਲ ਮਿਲ ਕੇ ਸੇਵਾਵਾਂ ਚੱਲ ਰਹੀਆਂ ਤੁਹਾਡੇ ਤੋਂ ਗੁਜ਼ਾਰਿਸ਼ ਕਿਆ ਹੁੰਦੀ ਹੈ ਜ਼ਰੂਰ ਇੱਥੇ ਵੀਡੀਓ ਜ਼ਰੂਰ ਅੱਗੇ ਸ਼ੇਅਰ ਕਰਿਆ ਕਰੋ ਇਹਨਾਂ ਕੋਲ ਵੀ ਇੱਦਾਂ ਹੀ ਵੀਡੀਓਜ਼ ਪਹੁੰਚਦੇ ਨੇ ਦੇਖਦੇ ਨੇ ਤਾਂ ਲੋਕ ਸਾਨੂੰ ਫੋਨ ਕਰ ਪਾਉਂਦੇ ਨੇ ਤੁਹਾਡੇ ਹਰੇਕ ਵੀਡੀਓ ਸ਼ੇਅਰ ਕੀਤਾ ਆਪਣੇ ਆਪ 'ਚ ਜ਼ਿੰਦਗੀਆਂ ਬਚਾਉਣ ਦੇ ਵਿੱਚ ਬਹੁਤ ਸਹਿਯੋਗ ਪਾ ਰਹੇ ਆਪਣੇ ਵੀਡੀਓ ਸ਼ੇਅਰ ਕਰਨ ਦੀ ਵੈਲਿਊ ਜ਼ਰੂਰ ਸਮਝੇ ਹੋ ਨਾ ਪਤਾ ਜੀ ਕਿਆ ਹਾਲ ਚਾਲ ਨੇ ਹੈ ਇਹ ਜੰਮੂ ਤੋਂ ਆਏ ਨੇ ਹੈਨਾ ਹਾਂਜੀ ਕਿਵੇਂ ਚੱਲ ਰਿਹਾ ਠੀਕ ਹੈ ਵੀਰ ਜੀ ਬਹੁਤ ਵਧੀਆ ਵਧੀਆ ਚੱਲ ਰਿਹਾ ਹਾਂਜੀ ਮੈਨੂੰ ਤਾਂ ਮੇਰੇ ਦਿਨ ਸੀ ਮੈਂ ਠੀਕ ਹੋਵਾਂਗੀ ਉਮੀਦ ਛੱਡਦੀ ਸੀ ਛੱਡਦੀ ਮੈਂ ਬੜੀ ਫਿਰੀ ਆ ਬਹੁਤ ਨਹੀਂ ਜੰਮੂ ਤੋਂ ਜਦ ਪੀਜੇ ਆਏ ਸੀਗੇ ਤਾਂ ਉਮੀਦ ਛੱਡਦੀ ਸੀ ਛੱਡ ਦਿੱਤੀ ਸੀ ਇੱਥੇ ਤੁਹਾਨੂੰ ਕੋਈ ਹੌਸਲਾ ਹੀ ਨਹੀਂ ਮਿਲਿਆ ਅੱਛਾ ਹਰੇਕ ਕਹਿੰਦਾ ਸੀ ਕਿ ਹੁਣ ਨਹੀਂ ਬਚਦੇ ਮੈਂ ਆਖਿਆ ਹੁਣ ਮੈਂ ਠੀਕ ਹੋਣਾ ਹੀ ਨਹੀਂ ਕਿਸੇ ਰਿਸ਼ਤੇਦਾਰ ਨੇ ਕਿਸੇ ਸਮਾਜ ਦੇ ਬੰਦੇ ਨੇ ਇਦਾਂ ਵੀ ਬੋਲਿਆ ਸੀ ਕਿ ਹੁਣ ਨਹੀਂ ਬਚਦੇ ਬੋਲਿਆ ਸੀ ਹਾਂ ਬਥੇਰੇ ਬੋਲਦੇ ਕਿ ਐਸੀ ਗੰਦੀ ਬਿਮਾਰੀ ਆ ਠੀਕ ਹੀ ਨਹੀਂ ਹੁੰਦੀ ਇਹ ਜਦ ਕੰਨਾਂ ਦੇ ਵਿੱਚ ਸ਼ਬਦ ਪਾ ਦਿੱਤਾ ਜਾਂਦਾ ਨਾ ਦਿਮਾਗ 'ਚ ਫਿੱਟ ਬੈਠ ਗਿਆ ਉਹ ਇੰਨਾ ਹਿਊਜ ਡਿਪਰੈਸ਼ਨ ਦਾ ਰੂਪ ਲੈ ਲੈਂਦਾ ਨਾ ਸਾਹਮਣੇ ਵਾਲਾ ਬੋਲ ਕੇ ਆਪਣੇ ਘਰ ਜਾ ਕੇ ਸੌ ਗਿਆ ਨਾ ਉਹਨੂੰ ਨਹੀਂ ਪਤਾ ਉਹਦੇ ਬੋਲਾਂ ਦਾ ਕਿਆ ਪ੍ਰਭਾਵ ਪੈਣਾ ਪੇਸ਼ੈਂਟ ਦੇ ਦਿਮਾਗ 'ਤੇ ਉਹਨੂੰ ਤੋੜ ਕੇ ਰੱਖ ਦਿੰਦੇ ਲੋਕ ਇਹ ਨਾ ਕਰਿਆ ਕਰੀਏ ਆਪਣੇ ਸ਼ਬਦ ਬਹੁਤ ਤਰੀਕੇ ਨਾਲ ਵਰਤੀਏ ਬਹੁਤ ਸੋਚ ਸਮਝ ਕੇ ਨਾ ਪੇਸ਼ੈਂਟ ਨੂੰ ਹੌਸਲਾ ਦੇਣਾ ਚਾਹੀਦਾ ਉਹਨੂੰ ਤੋੜੋ ਨਾ ਕਦੇ ਵੀ ਇਹ ਬਹੁਤ ਜ਼ਰੂਰੀ ਹੈ ਜੇ ਉਹਦਾ ਸਾਥ ਨਹੀਂ ਦੇ ਸਕਦੇ ਉਹਨੂੰ ਦਿਮਾਗੀ ਤੌਰ 'ਤੇ ਤੋੜੋ ਨਾ ਕਦੇ ਵੀ ਹੈ ਨਾ ਭੈਣ ਜੀ ਤੁਸੀਂ ਰੋਜ਼ ਦੇਖਦੇ ਹੋ ਕਿੰਨੇ ਜ਼ਖਮ ਠੀਕ ਹੋ ਗਏ ਕਾਫੀ ਕਿੰਨੇ ਬਹੁਤ ਜ਼ਿਆਦਾ ਕਿ ਥੋੜ੍ਹੇ ਬਹੁਤ ਬਹੁਤ ਜ਼ਿਆਦਾ ਚਲੋ ਅੱਛੀ ਗੱਲ ਹੈ ਤੁਹਾਡੀ ਨੂੰਹ ਤੁਹਾਡਾ ਬਹੁਤ ਸਾਥ ਦੇ ਰਹੀ ਹੈ ਬਹੁਤ ਚੰਗੀ ਗੱਲ ਹੈ ਜੀ ਬਹੁਤ ਚੰਗੀ ਗੱਲ ਜੀ ਸਾਥ ਤੁਸੀਂ ਦਿੱਤਾ ਨਹੀਂ ਨਹੀਂ ਨੂੰਹ ਨੇ ਬੱਚੇ ਠੀਕ ਹੋ ਗਏ ਪਰ ਤੁਸੀਂ ਬਹੁਤ ਸਾਥ ਦਿੱਤਾ ਤੁਹਾਡੀ ਬੜੀ ਮਿਹਰਬਾਨੀ ਹੈ ਭਗਵਾਨ ਤੁਹਾਨੂੰ ਬਹੁਤ ਹੌਸਲਾ ਦੇਗਾ ਬਹੁਤ ਹਿੰਮਤ ਸ਼ਕਤੀ ਦੇਗਾ ਤੁਸੀਂ ਦੇਖੀ ਲਿਓ ਤਸਵੀਰ ਜੀ ਬਹੁਤ ਦੂਰ ਜਾਓਗੇ ਤੁਹਾਡੇ ਬੱਚੇ ਤਰੱਕੀ ਕਰਨਗੇ ਸਾਰੀ ਫੈਮਿਲੀ ਤੁਹਾਡੀ ਬਹੁਤ ਦੂਰ ਜਾਏਗੀ ਬਹੁਤ ਸ਼ੁਕਰੀਆ ਤੁਹਾਡਾ ਕਦੇ ਤੁਸੀਂ ਕਿਸੇ ਗੱਲ ਦੀ ਕਮੀ ਨਹੀਂ ਲੱਗੇਗੀ ਜੀ ਸ਼ੁਕਰ ਕਦੇ ਨਹੀਂ ਲੱਗੇਗੀ ਬਹੁਤ ਸ਼ੁਕਰ ਹੈ ਭਗਵਾਨ ਤੁਸੀਂ ਬਰਕਤ ਦਿਆ ਹਰ ਚੀਜ਼ ਵਿੱਚ ਜਿੱਥੇ ਹੱਥ ਮਿੱਟੀ ਪਾਓ ਸੋਨਾ ਬਣੀ ਜਾਵੇ ਹਰ ਚੀਜ਼ ਵਿੱਚ ਭਗਵਾਨ ਤੁਸੀਂ ਬਰਕਤ ਦਿਆ ਵੀਰ ਜੀ ਇਤਨੀ ਬੜੀ ਤਰੱਕੀ ਕਰਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਵੀਰ ਜੀ ਬਹੁਤ ਵੱਡਾ ਜਿਲ ਰੱਖੀ ਤੁਸੀਂ ਇਸ ਤਰ੍ਹਾਂ ਬੜਾ ਕੰਮ ਕੀਤਾ ਇਹ ਕੰਮ ਕਰਨ ਵਾਸਤੇ ਬੜਾ ਵੱਡਾ ਹੌਸਲਾ ਚਾਹੀਦਾ ਮੈਂ ਨਾ ਹਸਪਤਾਲਾਂ ਦੇ ਵਿੱਚ ਲੋਕ ਮਰਦੇ ਦੇਖੇ ਆ ਜੀ ਨਾ ਮੈਂ ਦੇਖਿਆ ਕਿ ਬੈੱਡ ਸੋਰ ਹੋ ਰਹੇ ਔਰ ਲੋਕਾਂ ਨੂੰ ਪਤਾ ਹੀ ਨਹੀਂ ਕਿਆ ਮੈਨੂੰ ਮੈਂ ਖੁਦ ਹੀ ਮੰਮੀ ਨਾਲ ਤੁਹਾਨੂੰ ਪਤਾ ਹੋਣਾ ਮੈਂ ਜੀ ਕੇ ਦੇਖਿਆ ਸਾਨੂੰ 6 ਸਾਲ ਬਾਅਦ ਚੱਲਿਆ ਪਤਾ ਸਾਡੇ ਵੀ 42 ਲੱਖ ਰੁਪਏ ਬਰਬਾਦ ਹੋ ਗਏ ਹਾਂਜੀ 42 ਲੱਖ ਰੁਪਏ ਲਗਾ ਕੇ ਸਾਨੂੰ ਇਹ ਚੀਜ਼ ਸਮਝ ਆਈ ਸਾਨੂੰ ਕੋਈ ਸਮਝਾਉਂਦਾ ਨਹੀਂ ਸੀ ਅਸੀਂ ਦੇਖਿਆ ਕਿ ਤਾਂ ਕਿਸੇ ਨੂੰ ਵੀ ਨਹੀਂ ਪਤਾ ਲੋਕ ਧੱਕੇ ਹੀ ਖਾ ਰਹੇ ਨੇ ਪੈਸੇ ਬਰਬਾਦ ਹੋਏ ਘਰ ਬਾਰ ਵਿਕ ਰਿਹਾ ਲੋਕ ਸੜਕਾਂ 'ਤੇ ਆ ਰਹੇ ਨੇ ਇਹ ਪੈਸੇ ਬਚਾਏ ਜਾ ਸਕਦੇ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਬਰਬਾਦ ਹੋਣ ਤੋਂ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ ਨਾ ਫਿਰ ਅਸੀਂ ਰਲ ਮਿਲ ਕੇ ਕੋਸ਼ਿਸ਼ ਕਰਨੀ ਸ਼ੁਰੂ ਕੀਤੀ ਫਿਰ ਵੀ ਵੀਰ ਜੀ ਬੜਾ ਵੱਡਾ ਹੌਸਲਾ ਆਇਆ ਇਤਨਾ ਬੜਾ ਕੰਮ ਕਰਨੇ ਵਾਸਤੇ ਬੜਾ ਵੱਡਾ ਜ਼ਿਕਰਾ ਚਾਹੀਦਾ ਨਹੀਂ ਜਦ ਅੱਗੇ ਵਧੇ ਤਾਂ ਲੋਕ ਬੜੇ ਅੱਛੇ ਨੇ ਲੋਕਾਂ ਨੇ ਬਹੁਤ ਸੌ ਦਿੱਤਾ ਮੈਂ ਥੋੜ੍ਹਾ ਜਿਹਾ ਖੁਸ਼ਕਿਸਮਤ ਹੈ ਮੇਰੇ
ਮੇਰੀ ਕਲਾਸ 'ਚ ਪ੍ਰੋਫੈਸਰ ਟੀਚਰ ਮੇਰੀ ਧਰਮ ਦੀਆਂ ਬਹੁਤ ਸਾਰੀ ਭੈਣਾਂ ਨੇ, ਉਹਨਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ, ਬਹੁਤ ਸਾਥ ਦਿੱਤਾ ਉਹਨਾਂ ਨੇ, ਹੈ ਨਾ। ਬੜੀ ਮੁਸ਼ਕਲ ਨਾਲ ਅੰਦਰ ਆਈ ਸਾਂ, ਮੈਂ ਉਲਟਾ ਨੀ ਲੇਟੀ ਸਕਦੀ। ਅੱਛਾ, ਮੈਂ ਨਹੀਂ ਰਹਿਣਾ, ਮੈਂ ਜਾਣਾ ਹੀ ਨੀ ਅੰਦਰ। ਮੈਂ ਆਖਿਆ ਬੜੀ ਬੜੀ ਰੋਈ, ਦੇਖ ਲੋ ਅਸੀਂ ਆਉਣ ਵੇਲੇ ਵੀ ਰੁਲਾਨੇ ਆ, ਜਾਣ ਵੇਲੇ ਵੀ। ਇਹਨਾਂ ਹੀ ਪਤਾ ਨਾ, ਮੈਂ ਬਹੁਤ ਰੋਈ, ਇਹਨਾਂ ਬੜਾ ਸਮਝਾਇਆ, ਮੇਰੇ ਕੀ ਬਹੁਤ ਸਮਝਾਇਆ। ਆਖ ਆਂਟੀ ਇਹ ਨੀ ਕਰੋ, ਠੀਕ ਹੋਈ ਜਾਣਾ ਤੁਸਾਂ, ਥੋੜੇ ਦਿਨ ਨੀ ਗੱਲ, ਹੌਂਸਲਾ ਰੱਖੋ, ਕੁਛ ਨੀ ਹੋਣਾ ਤੁਹਾਨੂੰ, ਤੁਸਾਂ ਠੀਕ ਹੋ ਕੇ ਜਾਣਾ। ਸਾਡੇ ਵੀਰ ਜੀ ਨੀ ਸਾਰੀ ਕਿਰਪਾ, ਵਾਹਿਗੁਰੂ ਤੁੰਦੇ ਚ ਵਾਹਿਗੁਰੂ ਵਸਦਾ, ਮੈਂ ਤਾਂ ਨੀ ਤੁੰਦੇ ਚ ਵਾਹਿਗੁਰੂ ਵਸਦਾ, ਉਸ ਰੱਬ ਨਾਲ ਦੂਸਰਾ ਰੂਪ ਹੋ ਵੀਰ ਜੀ। ਮੈਂ ਵੀ ਇਨਸਾਨ ਹਾਂ, ਮੇਰੇ ਚ ਵੀ ਸਾਰੇ ਵਿਕਾਰ ਹੋਏ ਵੀਰ ਜੀ, ਇਨਸਾਨ ਤਾਂ ਸਾਰੇ ਹੀ ਹੁੰਦੇ, ਪਰ ਰੱਬ ਬਣਨੇ ਵਾਸਤੇ ਵੀ ਬੜਾ ਵੱਡਾ, ਦੁਨੀਆਂ ਦੀਆਂ ਦੁਆਵਾਂ ਚਾਹੀਦੀਆਂ, ਤੇ ਰੱਬ ਇਹਾਂ ਥੋੜੀ ਬਣਨ ਹੁੰਦਾ, ਬੜੀਆਂ ਦੁਆਵਾਂ ਲੈਣੀਆਂ ਪੈਂਦੀਆਂ ਰੱਬ ਬਣਨੇ ਵਾਸਤੇ, ਫਿਰ ਵੀ ਵੀਰ ਜੀ ਤਾਂ ਵੀ ਬੜਾ ਵੱਡਾ ਜਿਕਰਾ ਚਾਹੀਦਾ, ਕਿਸੇ ਰੋਟੀ ਆ ਜਾਏ, ਇਨਸਾਨ ਇੱਕ ਬੰਦੇ ਰੋਟੀ ਨੀ ਖਿਲਾਈ ਸਕਦਾ, ਇਹ ਤਾਂ ਬੜਾ ਵੱਡਾ ਜਿਕਰਾ ਚਾਹੀਦਾ। ਜਿਹੜਾ ਟਾਈਮ ਜ਼ਿਆਦਾ ਇਸ ਟਾਈਮ ਵਿੱਚ ਲੋਕ ਨਾ ਕਿਸੇ ਇੱਕ ਬੰਦੇ ਦੀ ਰੋਟੀ ਨੀ ਖਿਲਾਈ ਸਕਦੇ। ਅੱਗੇ ਤੋਰਦੀ ਇਨਸਾਨ ਕੀ ਅੱਛਾਈ ਹੈ, ਬੁਰਾਈ ਤਾਂ ਕਦੇ ਅੱਗੇ ਨੀ ਜਾਂਦੀ। ਹੋ ਜਾਓਗੇ ਭਾਜੀ, ਕਿੰਨੇ ਰਹਿ ਗਏ ਇਹਨਾਂ ਦੇ? ਸਟੂਡੈਂਟਸ ਆਏ ਸੀ ਅੱਜ ਨਾ? ਹਾਂਜੀ ਹਾਂ, ਬਾਤ ਕੀਤੀ, ਉਹਨਾਂ ਸਾਰਾ ਕੁਝ ਪੁੱਛਿਆ ਕਿ ਕੀ ਹੋਇਆ ਤੁਹਾਡੇ ਨਾਲ, ਕੀ ਕੀ ਨਹੀਂ ਹੋਇਆ। ਸੰਗਤ ਜੀ, ਮਾਤਾ ਦਾ ਬਹੁਤ ਸ਼ੁਕਰੀਆ, ਬੜਾ ਪਿਆਰ ਬਖਸ਼ਦੇ ਆ ਨਾ, ਭੈਣਾਂ ਦਾ ਬਹੁਤ ਸ਼ੁਕਰੀਆ। ਕਈ ਵਾਰ ਬਹੁਤ ਛੋਟੇ ਫੀਲ ਕਰਦੇ ਹਾਂ ਕਿ ਇੰਨੇ ਜੋਗੇ ਹੋ ਗਏ ਨਾ, ਇੰਨੇ ਇੰਨੇ ਬੜੇ ਬੜੇ ਸ਼ਬਦਾਂ ਨਾਲ ਤੁਸੀਂ ਨਿਵਾਜ ਦਿੰਦੇ ਹੋ, ਕਈ ਵਾਰ ਸਮਝ ਨਹੀਂ ਆਉਂਦਾ। ਤੁਹਾਡੇ ਤੋਂ ਜ਼ਰੂਰ ਗੁਜ਼ਾਰਿਸ਼ ਕਰਦੇ ਹਾਂ, ਵੀਡੀਓ ਜ਼ਰੂਰ ਅੱਗੇ ਸ਼ੇਅਰ ਕਰੋ। ਤੁਸੀਂ ਵੀ ਸ਼ਾਇਦ ਕਦੇ ਵੀਡੀਓ ਦੇਖਿਆ ਸੀ ਸਾਡਾ? ਬਹੁਤ ਜ਼ਰੂਰੀ ਹੈ ਤੁਹਾਡੇ ਆਪਣੇ ਆਪ 'ਚ ਵੀਡੀਓ ਸ਼ੇਅਰ ਕਰਨੇ, ਬਹੁਤ ਸਾਰੀ ਜ਼ਿੰਦਗੀਆਂ ਬਚਾਉਣ ਦੇ ਵਿੱਚ ਔਰ ਬਦਲਣ ਦੇ ਵਿੱਚ ਤੁਸੀਂ ਸਹਿਯੋਗ ਕਰ ਸਕਦੇ ਹੋ ਸਾਡਾ, ਪਲੀਜ਼ ਹੈ ਨਾ, ਇਹ ਸੇਵਾ ਜ਼ਰੂਰ ਨਿਭਾਓ। ਇਹ ਤੁਹਾਡਾ ਇਹ ਔਨਲਾਈਨ ਸੇਵਾ, ਅਸੀਂ ਔਰ ਤੁਸੀਂ ਟੀਮ ਦੀ ਤਰ੍ਹਾਂ ਕੰਮ ਕਰਨਾ, ਇਹ ਬਹੁਤ ਜ਼ਰੂਰੀ ਸੇਵਾ। ਸੋ ਇਹੀ ਉਮੀਦ ਕਰਦਾ ਤੁਹਾਡੇ ਤੋਂ, ਤੁਸੀਂ ਵੀਡੀਓ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰੋਗੇ ਹਰੇਕ ਜਗ੍ਹਾ ਤੋਂ ਜਿੱਥੇ ਵੀ ਦੇਖ ਰਹੇ ਹੋ। ਠੀਕ ਹੈ ਜੀ, ਫਤਿਹ ਦੀ ਸਾਰਿਆਂ ਨਾਲ ਵੀਡੀਓ ਕਲੋਜ਼ ਕਰਦੇ ਹੋਏ ਅੱਗੇ ਵੱਧਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।